ਸਤਿਕਾਲ ਜੀ ਕੀ ਹਾਲ ਚਾਲ ਜੀ ਸੋ ਸਵਾਗਤ ਕਰਦਾ ਇੱਕ ਵਾਰੀ ਫਿਰ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਇਸ ਵਾਰੀ ਫਿਰ ਅਸੀਂ ਇੱਕ ਸਪੈਸ਼ਲ ਦੇਸ਼ ਵਿੱਚ ਜਾ ਰਹੇ ਹਾਂ ਇੱਕ ਸਪੈਸ਼ਲ ਜਗ੍ਹਾ ਤੇ ਜਾ ਰਹੇ ਹਾਂ ਜੋ ਸਪੈਸ਼ਲ ਦੇਸ਼ ਤੁਹਾਨੂੰ ਇੱਕ ਹਿੰਟ ਦੇ ਦੇਣਾ ਕਿ ਵਰਲਡ ਦਾ ਨੰਬਰ 1 ਦੇਸ਼ ਕਿਹਾ ਜਾਂਦਾ ਉਹਨੂੰ ਇਹ ਸੁਣ ਕੇ ਹੋ ਸਕਦਾ ਕਿ ਤੁਹਾਨੂੰ ਕਾਫੀ ਜਣਾਂ ਨੂੰ ਪਤਾ ਲੱਗ ਗਿਆ ਉਹ ਕਿਹੜਾ ਦੇਸ਼ ਹੈ ਤੇ ਜੇ ਨਹੀਂ ਪਤਾ ਲੱਗਾ ਤੇ ਉਹ ਦੇਸ਼ ਦਾ ਨਾਮ ਹੈਗਾ ਅਮਰੀਕਾ ਹਾਂਜੀ ਅੱਜ ਦੀ ਵੀਡੀਓ 'ਚ ਤੁਹਾਨੂੰ ਉਹੀ ਲੈ ਕੇ ਜਾਵਾਂਗੇ ਅਮਰੀਕਾ ਸੋ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਵੀਡੀਓ ਦੇ ਵਿੱਚ ਹਮੇਸ਼ਾ ਆਪਣੇ ਨਾਲ ਆਪਣੇ ਯਾਰ ਦੋਸਤ ਮੌਜੂਦ ਹੁੰਦੇ ਨੇ ਸੋ ਇਸ ਵੀਡੀਓ ਦੇ ਵਿੱਚ ਵੀ ਆਪਣਾ ਯਾਰ ਹਰਵਿੰਦਰ ਸਿੰਘ ਪਟਵਾਰ ਨਾਲ ਮੇਰਾ ਵੱਡਾ ਭਰਾ ਤੇ ਨਾਲ ਇੱਕ ਉਹਨਾਂ ਦਾ ਫਰੈਂਡ ਹੈ ਸੋ ਉਹਨਾਂ ਨਾਲ ਵੀ ਤੁਹਾਨੂੰ ਮਿਲਾਉਂਦੇ ਆ ਜਾਓ ਸੋ ਜਿੱਦਾਂ ਕਿ ਤੁਹਾਨੂੰ ਪਤਾ ਹੀ ਹਰਵਿੰਦਰ ਸਿੰਘ ਪਟਵਾਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਠੀਕ ਠਾਕ ਹੋ ਸੋ ਹਰਵਿੰਦਰ ਕਿਦਾਂ ਮਹਿਸੂਸ ਹੋ ਰਿਹਾ ਕਿ ਅਮਰੀਕਾ ਚੱਲਾ ਵਰਲਡ ਦਾ ਜਿਹੜਾ ਨੰਬਰ 1 ਦੇਸ਼ ਹੈ ਉੱਥੇ ਜਾ ਰਿਹਾ ਦੇਖੋ ਜੀ ਅਮਰੀਕਾ ਸਾਰਿਆਂ ਲਈ ਮੇਰੇ ਖਿਆਲ 'ਚ ਸਪੈਸ਼ਲ ਕੰਟਰੀ ਆ ਸਪਨਾ ਇੱਕ ਸਾਰਿਆਂ ਲਈ ਸਪਨਾ ਆ ਲੋਕ ਉੱਥੇ ਬੜਾ ਪੈਸਾ ਲਾ ਕੇ ਜਾ ਰਹੇ ਨੇ ਅਤੇ ਮੈਂ ਬੜਾ ਐਕਸਾਈਟਡ ਹਾਂ ਅੱਜ ਮੈਂ ਦੇਖਦਾ ਦੇਖਣਾ ਚਾਹੁੰਦਾ ਉੱਥੇ ਦੇ ਵਾਤਾਵਰਨ ਕਿਵੇਂ ਆ ਲੋਕ ਉੱਥੇ ਕਿਵੇਂ ਨੇ ਰਹਿਣ ਸਹਿਣ ਲੋਕਾਂ ਦਾ ਕਿੱਦਾਂ ਆ ਕਿਉਂਕਿ ਆਪਾਂ ਜ਼ਿਆਦਾਤਰ ਕ੍ਰਾਈਮ ਦੀਆਂ ਗੱਲਾਂ ਸੁਣਦੇ ਹਾਂ ਉਹ ਵੀ ਦੇਖਾਂਗੇ ਵੀ ਕ੍ਰਾਈਮ ਹੈਗਾ ਜਾਂ ਨਹੀਂ ਹੈਗਾ ਸੋ ਵੀਡੀਓ ਦੇ ਐਂਡ 'ਚ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇਵਾਂਗੇ ਜੋ ਜੋ ਅਸੀਂ ਦੇਖਿਆ ਜੋ ਜੋ ਉੱਥੇ ਚੰਗਾ ਲੱਗਾ ਜੋ ਜੋ ਸਾਨੂੰ ਨਹੀਂ ਚੰਗਾ ਲੱਗਾ ਉਹ ਸਾਰਾ ਤੁਹਾਡੇ ਨਾਲ ਅਪਡੇਟ ਕਰਾਂਗੇ ਅਤੇ ਇਹਦੇ 'ਚ ਇਹ ਵੀ ਦੱਸਾਂਗੇ ਕਿ ਤੁਸੀਂ ਜੇ ਅਮਰੀਕਾ ਜਾਣਾ ਤਾਂ ਕਿਸ ਤਰ੍ਹਾਂ ਤੁਸੀਂ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਕਿੱਦਾਂ ਲਵਾ ਸਕਦੇ ਉਹ ਲਵਾ ਲਾਂਗੇ ਉਹ ਤੁਹਾਡਾ ਕੰਮ ਹੋ ਜੂਗਾ ਬਣੇ ਰਹੋ ਵੀਡੀਓ ਦੇ ਵਿੱਚ ਅਤੇ ਦਿਖਾਉਂਦੇ ਤੁਹਾਨੂੰ ਅੱਗੇ ਸੋ ਤੁਹਾਨੂੰ ਜਾਣਕਾਰੀ ਦੇ ਦੇਵਾਂ ਜਿਹੜਾ ਆਪਣਾ ਸਫ਼ਰ ਹੋ ਰਿਹਾ ਇੱਥੋਂ ਸਾਡੀ ਫਲਾਈਟ ਜਾਣੀ ਹੈ ਫਰਾਂਸ ਦਾ ਇੱਕ ਸ਼ਹਿਰ ਹੈ ਮਰਸੀਲੇ ਮਰਸੀਲੇ ਸ਼ਹਿਰ ਨਾਮ ਹੈ ਉਹਦਾ ਉਸ ਤੋਂ ਬਾਅਦ ਮਰਸੀਲੇ ਤੋਂ ਤੁਰਨੀ ਹੈ ਫਿਰ ਬਾਅਦ 'ਚ ਪੈਰਿਸ ਜਾਣੀ ਹੈ ਪੈਰਿਸ ਤੋਂ ਅੱਗੇ ਅਮਰੀਕਾ ਨਿਊਯਾਰਕ ਜਾਣੀ ਹੈ ਸੋ ਇੱਥੇ ਫਿਲਹਾਲ ਅਸੀਂ ਏਅਰਪੋਰਟ 'ਤੇ ਪਹੁੰਚੇ ਹੋਏ ਹਾਂ ਅਤੇ ਵੇਟ ਕਰ ਰਹੇ ਹਾਂ ਤੁਹਾਨੂੰ ਹਰਵਿੰਦਰ ਨਾਲ ਤਾਂ ਮਿਲਾ ਹੀ ਦਿੱਤਾ ਵਾ ਅਤੇ ਤੁਹਾਨੂੰ ਹੋਰ ਦੋ ਵੀਰਾਂ ਦੇ ਨਾਲ ਆਪਾਂ ਮਿਲਾ ਦੇਣੇ ਜਿਹੜੇ ਆਪਣੇ ਅੱਜ ਸਫ਼ਰ ਦੇ ਨਾਲ ਆਪਣਾ ਸਾਥ ਦੇ ਰਹੇ ਹਨ ਹਾਂਜੀ ਇਹ ਆਪਣੇ ਦੋ ਵੀਰ ਸਤਿ ਸ਼੍ਰੀ ਅਕਾਲ ਜੀ ਆਪਣਾ ਵੱਡਾ ਭਾਅ ਜੀ ਮਣੀ ਅਤੇ ਆਪਣੇ ਕਾਲਾ ਵੀਰ ਅੱਛਾ ਵੀਰ ਕਿੱਧਰ ਨੂੰ ਚੱਲੇ ਅੱਜ ਤੁਸੀਂ ਬਸ ਸਿੱਧਾ ਜੀ ਜਾ ਰਹੇ ਹਾਂ ਮਾੜੇ ਜਿਹੇ ਹੋਲੀਡੇ ਮਨਾਉਣ ਨਿਊਯਾਰਕ ਜਾ ਰਹੇ ਹਾਂ ਮਾੜਾ ਜਿਹਾ ਬਸ ਹੈ ਨਾ ਠੀਕ ਹੈ ਠੀਕ ਹੈ ਕਿੱਦਾਂ ਐਕਸਾਈਟਮੈਂਟ ਨਹੀਂ ਦਿਖ ਰਹੀ ਤੁਹਾਡੇ 'ਚ ਸਵੇਰ ਦੇ ਉੱਠੇ ਹੋਏ ਆ ਥੋੜੀ ਜਿਹੀ ਲੱਗਦੀ ਨੀਂਦਰੇ ਜੀ ਹੈ ਚਲੋ ਕੋਈ ਨਹੀਂ ਹੁਣ ਜਾ ਚ ਬੈਠ ਕੋਈ ਗੱਲ ਨਹੀਂ ਤੁਹਾਨੂੰ ਕਰਦੇ ਕੈਮ ਤੁਹਾਨੂੰ ਕਾਫੀ ਬੁਲਾਉਂਦੇ ਇੱਕ ਵਧੀਆ ਜੀ ਕਰਕੇ ਸੋ ਮਰਸਾਈਲ ਸ਼ਹਿਰ ਪਹੁੰਚ ਚੁੱਕੇ ਹਾਂ ਫਰਾਂਸ 'ਚ ਇੱਕ ਸ਼ਹਿਰ ਹੈ ਮਰਸਾਈਲ ਸ਼ਾਇਦ ਮੈਂ ਸਹੀ ਨਾਮ ਲੈ ਰਿਹਾ ਕਿ ਨਹੀਂ ਲੈ ਰਿਹਾ ਮਰਸਾਈਲ ਕਹਿੰਦੇ ਇਟਾਲੀ ਅਤੇ ਮਰਸੀਲੇ ਕਹਿੰਦੇ ਮਤਲਬ ਕਿ ਫਰਾਂਸ ਦੇ ਇੱਕ ਸ਼ਹਿਰ 'ਚ ਪਹੁੰਚ ਗਏ ਹਾਂ ਹੁਣ ਇੱਥੋਂ ਦੀ ਆਪਣੀ ਇੱਕ ਹੋਰ ਫਲਾਈਟ ਹੈ ਪੈਰਿਸ ਨੂੰ ਪੈਰਿਸ ਤੋਂ ਅੱਗੇ ਫਿਰ ਆਪਾਂ ਜਾਣਾ ਨਿਊਯਾਰਕ ਫਿਲਹਾਲ ਦੀ ਘੜੀ 3 ਘੰਟੇ ਸਟੇ ਹੈ ਅਤੇ 3 ਘੰਟੇ 'ਚ ਤੁਹਾਨੂੰ ਦਿਖਾ ਦਿੰਦੇ ਹਾਂ ਕੀ ਹਿਸਾਬ ਕਿਤਾਬ ਹੈ ਇੱਥੇ ਦਾ ਮੈਂ ਏਅਰਪੋਰਟ ਤੋਂ ਆਹ ਏਅਰਪੋਰਟ ਹੈ ਡੀਸੀ ਏਅਰਪੋਰਟ ਇੱਥੇ ਦਾ ਅਤੇ ਏਅਰਪੋਰਟ ਦੇ ਬਿਲਕੁਲ ਬਾਹਰ ਖੜ੍ਹੇ ਅਤੇ ਇਰਾਦਾ ਬਣਦੇ ਆ ਕਿ ਸ਼ਹਿਰ ਦੇ ਇੱਕ ਵਾਰੀ ਗੇੜਾ ਮਾਰਿਆ ਹੀ ਹੈ ਗਰਮੀ ਬਹੁਤ ਇੱਕ ਧੁੱਪ ਬਹੁਤ ਹੈ ਵੀਰ ਨਹੀਂ ਕਹਿ ਰਿਹਾ ਕਹਿੰਦਾ ਕਿ ਧੁੱਪ ਬਹੁਤ ਨਹੀਂ ਜਾਣਾ ਰੰਗ ਕਾਲਾ ਹੋ ਜਾਂਦਾ ਬੰਦੇ ਦਾ ਕਹਿੰਦਾ ਮੇਰਾ ਰੰਗ ਕਾਲਾ ਹੋ ਜਾਂਦਾ ਇਸ ਕਰਕੇ ਆਪਾਂ ਧੁੱਪ ਨਹੀਂ ਜਾਣਾ ਸੋ ਫਿਲਹਾਲ ਦੀ ਘੜੀ 3 ਘੰਟੇ ਆਪਾਂ ਇੱਥੇ ਸਟੇ ਕਰਾਂਗੇ ਫਲਾਈਟ ਲਵਾਂਗੇ ਅਗਲੀ ਅਤੇ ਉਸ ਤੋਂ ਬਾਅਦ ਆਪਾਂ ਪੈਰਿਸ ਵੱਲ ਚੱਲਦੇ ਹਾਂ ਹਾਂਜੀ ਮਿੱਤਰੋ ਅਪਡੇਟ ਇਹ ਹੈ ਕਿ ਪੈਰਿਸ ਪਹੁੰਚ ਚੁੱਕੇ ਹਾਂ ਅਤੇ ਇੱਥੇ ਆਪਣੀ ਉਹ ਸਟੇ ਹੈਗੀ 2.5 ਘੰਟਿਆਂ ਦੀ 2.5 ਘੰਟਿਆਂ ਬਾਅਦ ਫਿਰ ਆਪਾਂ ਅੱਗੇ ਫਲਾਈਟ ਫੜਨੀ ਹੈ ਜੋ ਕਿ 8.5 ਘੰਟੇ ਦੀ ਫਲਾਈਟ ਹੋਊਗੀ ਜੋ ਆਪਾਂ ਨੂੰ ਲੈ ਕੇ ਜਾਊਗੀ ਸਿੱਧੇ ਨਿਊਯਾਰਕ ਅਤੇ ਹੁਣ 2.5 ਘੰਟੇ ਇੱਥੇ ਦੇਖਦੇ ਹਾਂ ਕਿ ਕਿੱਦਾਂ ਆਪਾਂ ਕੱਢਦੇ ਯਾਰ ਆਹ ਜਿਹੜਾ ਸਟੇ ਦਾ ਕੰਮ ਹੈ ਨਾ ਇਹ ਥੋੜ੍ਹਾ ਔਖਾ ਬੰਦੇ ਥੋੜ੍ਹੀ ਐਨਰਜੀ ਡਾਊਨ ਹੋ ਜਾਂਦੀ ਹੈ ਅਤੇ ਥੋੜ੍ਹਾ ਬੋਰ ਹੋ ਜਾਂਦਾ ਚਲੋ ਸ਼ੁਕਰ ਹੈ ਜੀ ਅਤੇ ਫਿਰ ਵੀ 4 ਜਣੇ ਹੈਗੇ ਹੱਸ ਖੇਡ ਕੇ ਟਾਈਮ ਪਾਸ ਹੋਈ ਜਾਂਦਾ ਨਹੀਂ ਤਾਂ ਇਕੱਲੇ ਬੰਦੇ ਦਾ ਔਖਾ ਬੰਦਿਆਂ ਨੂੰ ਇੰਨਾ ਤੁਰਨਾ ਪਿਆ ਕਿ ਭੁੱਖ ਲੱਗ ਗਈ ਕੀ ਲੈਣਾ ਮਤਲਬ
जो भी मिले आ पैरिस की मार्केट है इत देखते हैं एयरपोर्ट के अंदर ही है इतों कुछ खाने का समान देखते हैं तो फिर आप चलते अगे क्योंकि बंद की एनर्जी थोड़ी जी होगी डोन बंदे थोड़े थक गए तुर तुर के तुरना बहुत पै रहा सो फाइनली जी इमीग्रेशन है पैरिस तो वह डन हो गई है हम जा रहे हैं प्लेन के जी मेन है वह है न्यूयॉर्क से कि सू कि देर की एंट्री देंगे जो को कि क्वेश्चन पूछ रहे हैं जरूर पूछा एक चीज़ तो जरूर हैगी कि बंदे कॉन्फिडेंस जरूर होना चाहिए क्योंकि जो बंदे कॉन्फिडेंस होंगे 50% बंदा उत्थे जैसे बाबे की कृपा ही कोई अगे भी दे बाबे एक गल तो वधिया हो गई आ जी स्पेस मेरी लत्त आह राजे बन के समय राजे अट साढ़े अट घंटे कड़ने छोटी सीट तो बहुत औखा होंगे पर आज स्टेज बड़े बहुत अपना काम सौखा करता इस सीट ने अपना हमारे वॉशरूम लग गया खाना पीना लग गया सब कुछ ओके विंडो भी लग गया विंडो भी लग होटल पहुंच चुके हैं चेंज कर लिया खाना पानी अपा खा पी लिया वे ते बाद विच याद आया कि व्लॉग दी अपा एंडिंग नहीं कीती सो सुनदे सुनदे याद आया सो हुण अपा व्लॉग दी इत्थे एंड करदे हां ते कल नवे व्लॉग नाल तुहानू मिलदे हैं नवी वीडियो दे नाल ते नवी जगह दे नाल सो इस व्लॉग विच तुसीं सिर्फ देखिया कि अपनी यात्रा दा कि किदा किदा आए हैं किथे किथे साडी खज्जल खुआरी होई है तो पर चलो बाबे की कृपा ठीक ठाक पहुँच गए ऐदे बाबा कृपा रखे तो अगे तुहानू सोहणे सोहणे व्लॉग आपां दिखाउंदे रहांगे ठीक है करिए गुड नाइट सर गुड नाइट ठीक है जी शब्बा खैर आराम रखा